ਸਮਾਣਾ ਦੀ ਯੋਗੀ ਮਾਂ ਕਲਿਆਣ ਨੇ ਏਸ਼ੀਅਨ ਜੂਨੀਅਰ ਬੋਕਸਿੰਗ ਚੈਂਪੀਅਨਸ਼ਿਪ ਜਿਹੜੀ ਦੁਬਈ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ ਔਰ ਇਸ ਬੱਚੇ ਨੂੰ ਇਹ 12ਵੀਂ ਕਲਾਸ 'ਚ ਪੜ੍ਹ ਰਹੀ ਹੈ ਡੇਟ ਦੇ ਵਿੱਚ ਇਸ ਵੱਲੋਂ ਇਹ ਜੀਤ ਦਰਜ ਕੀਤੀ ਗਈ ਹੈ। ਸਮਾਣਾ ਪਹੁੰਚਣ 'ਤੇ ਇਹਦਾ ਸਵਾਗਤ ਕਰ ਰਿਹਾ ਇਹਨਾਂ ਦੇ ਨਗਰ ਕੌਂਸਲ ਦੇ ਜਿਹੜੇ ਮੈਂਬਰ ਹੈ ਉਹਨਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ। ਇੱਥੇ ਕਾਲਜ 'ਚ ਖੜ੍ਹੇ ਸਕੂਲ 'ਚ ਪੜ੍ਹਦੀ ਹੈ, ਇੱਥੇ ਸਾਡੇ ਸੈਕਟਰੀ ਸਾਹਿਬ ਵੀ ਖੜ੍ਹੇ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਯੋਗੀ ਮਾਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਤੁਸੀਂ ਇੰਟਰਨੈਸ਼ਨਲ ਖੇਲ ਕੇ ਆਏ ਹੋ ਸਿਲਵਰ ਲਿਆ? ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ, ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਮੈਡਲ ਆਇਆ ਸਿਲਵਰ। ਮੁਕਾਬਲਾ ਕਿਹਦੇ ਨਾਲ ਸੀ? ਯੂਕਰੇਨ ਦੇ ਕਿਸਾਨ। ਯੂਕਰੇਨ ਕਿਹੜੇ ਕਿਹੜੇ ਦੇਸ਼ਾਂ ਨੇ ਉੱਥੇ ਭਾਗ ਲਿਆ, ਕਿੰਨੇ ਦੇਸ਼ ਆਏ ਬੇਟਾ? 26 ਤੁਸੀਂ 12ਵੀਂ ਕਲਾਸ 'ਚ ਪੜ੍ਹੋ, ਘਰ ਦੇ ਹਾਲਾਤ ਕਿਸ ਤਰ੍ਹਾਂ ਕੀ ਹੈ, ਤੋ ਤੁਸੀਂ ਇਸ ਥਾਂ ਤੱਕ ਪਹੁੰਚੇ ਹੋ, ਕਿਸ ਤਰ੍ਹਾਂ ਦੀ ਪੋਜੀਸ਼ਨ ਮੰਨ ਲਓ? ਪਾਪਾ ਕੀ ਕਰਦੇ ਹੈ? ਪਾਪਾ ਪ੍ਰਾਈਵੇਟ ਜੋਬ ਹੈ, ਪਾਪਾ ਜੀ ਅਤੇ ਮੰਮਾ ਟੀਚਰ ਨੇ। ਤੁਸੀਂ ਕਿੰਨੇ ਪ੍ਰੈਕਟਿਸ ਕਰਦੇ ਸੀ ਇੱਥੇ? ਇੱਥੇ ਪ੍ਰੈਕਟਿਸ ਕਰਦੀ ਹੈ ਬੋਕਸਿੰਗ ਦੀ? ਹਾਂਜੀ, ਪਹਿਲਾਂ ਇੱਥੇ ਕਰਦੇ ਸੀ ਪਬਲਿਕ ਕਾਲਜ, ਤੋਂ ਬਾਅਦ ਸਾਇੰਸ ਰੋਹਤਕ 'ਚ। ਰੋਹਤਕ ਵੀ ਕਰੀ ਹੈ ਅਤੇ ਹੁਣ ਅੱਗੇ ਹੁਣ ਤੋਂ ਸਿਲਵਰ ਲਏ ਹੋ, ਅਗਲੀ ਵਾਰ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਕਿੱਥੇ ਤੱਕ ਤੁਹਾਡਾ ਟੀਚ ਹੈ? ਮੈਂ ਹੁਣ ਵਰਲਡ ਆਈ ਗਈ, ਹੁਣ ਵਰਲਡ ਯੂਥ ਹੋਈ, ਉਹ ਤੋਂ ਬਾਅਦ ਓਲੰਪਿਕ ਦਾ ਓਲੰਪਿਕ ਜਾਓਗੇ। ਤੁਹਾਡੇ ਵਾਰਡ ਤੋਂ ਇਹ ਯੋਗੀ ਮਾਂ ਨੇ ਜਿਹੜਾ ਮੈਡਲ ਲਿਆ, ਕਿਆ ਮਹਿਸੂਸ ਕਰ ਰਹੇ? ਮੈਨੂੰ ਬੜਾ ਮਾਣ ਮਹਿਸੂਸ ਹੋਇਆ ਵੀ ਸਾਡੇ ਸ਼ਹਿਰ ਸਮਾਣਾ ਦੀ ਇੱਕ ਲੜਕੀ ਯੋਗੀ ਮਾਂ ਕਲਿਆਣ ਜਿਹਨੇ ਕਿ ਇਹ ਸਿਲਵਰ ਮੈਡਲ ਯੂਕਰੇਨ ਨੂੰ ਹਰਾ ਕੇ ਜਿਹੜਾ ਇੱਥੇ ਹਾਸਲ ਕੀਤਾ, ਪੂਰੇ ਪੰਜਾਬ ਪੂਰੇ ਦੇਸ਼ ਨੂੰ ਮਾਣ ਹੈ ਇਸ ਦੇ ਉੱਤੇ ਵੀ ਇਸਨੇ ਜਿਹੜਾ ਇਹ ਮੈਡਲ ਹਾਸਲ। ਔਰ ਇਸ ਕਾਲਜ ਦੇ ਵਿੱਚ ਇਸਨੇ ਮੈਂ ਖੁਦ ਦੇਖਦਾ ਰਿਹਾ, ਸਵੇਰੇ ਸ਼ਾਮ ਪ੍ਰੈਕਟਿਸ ਕਰਦੀ ਸੀਗੀ ਤਾਂ ਸਾਨੂੰ ਬੜਾ ਗਰਵ ਮਹਿਸੂਸ ਹੁੰਦਾ ਸੀਗਾ। ਤਾਂ ਪਬਲਿਕ ਕਾਲਜ ਦੇ ਵੀ ਇਹਦੇ ਵਿੱਚ ਇਹਨਾਂ ਦਾ ਬਹੁਤ ਸਹਿਯੋਗ ਕੀਤਾ, ਪ੍ਰਿੰਸੀਪਲ ਦਾ ਵੀ, ਸਾਰੇ ਸਟਾਫ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਫਾਦਰ ਖੜ੍ਹੇ ਹੈ ਤੁਹਾਡਾ ਜੀ ਨਾਮ? ਧਰਮਵੀਰ ਜੀ, ਤੁਹਾਡੀ ਬੱਚੀ ਨੇ ਮੁਕਾਮ ਹਾਸਲ ਕੀਤਾ ਸਿਲਵਰ ਲੈ ਕੇ ਆਈ ਹੈ ਮੈਡਲ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਸਾਡੀ ਬੱਚੀ ਦੀ ਮਿਹਨਤ ਕਿੱਥੇ ਰੰਗ ਕਰ ਪਹੁੰਚੀ ਹੈ ਜੀ? ਨਾਮ ਇਹਦੇ ਵਿੱਚ ਰਾਮ ਸਿੰਘ ਇਹਦਾ ਕੋਚ ਸੁਨੀਲ ਕੁਮਾਰ ਟਾਇਸਨ ਜੀ ਅਤੇ ਦਿੱਤਾ ਸਰ ਦਾ ਬਹੁਤ ਵੱਡਾ ਵਧੀਆ ਯੋਗਦਾਨ ਹੈ ਜੀ। ਸਮਾਣਾ ਦੀ ਯੋਗੀ ਮਾਂ ਕਲਿਆਣ ਨੇ ਏਸ਼ੀਅਨ ਜੂਨੀਅਰ ਬੋਕਸਿੰਗ ਚੈਂਪੀਅਨਸ਼ਿਪ ਜਿਹੜੀ ਦੁਬਈ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ ਔਰ ਇਸ ਬੱਚੇ ਨੂੰ ਇਹ 12ਵੀਂ ਕਲਾਸ 'ਚ ਪੜ੍ਹ ਰਹੀ ਹੈ ਡੇਟ ਦੇ ਵਿੱਚ ਇਸ ਵੱਲੋਂ ਇਹ ਜੀਤ ਦਰਜ ਕੀਤੀ ਗਈ ਹੈ। ਸਮਾਣਾ ਪਹੁੰਚਣ 'ਤੇ ਇਹਦਾ ਸਵਾਗਤ ਕਰ ਰਿਹਾ ਇਹਨਾਂ ਦੇ ਨਗਰ ਕੌਂਸਲ ਦੇ ਜਿਹੜੇ ਮੈਂਬਰ ਹੈ ਉਹਨਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ। ਇੱਥੇ ਕਾਲਜ 'ਚ ਖੜ੍ਹੇ ਸਕੂਲ 'ਚ ਪੜ੍ਹਦੀ ਹੈ, ਇੱਥੇ ਸਾਡੇ ਸੈਕਟਰੀ ਸਾਹਿਬ ਵੀ ਖੜ੍ਹੇ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਯੋਗੀ ਮਾਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਤੁਸੀਂ ਇੰਟਰਨੈਸ਼ਨਲ ਖੇਲ ਕੇ ਆਏ ਹੋ ਸਿਲਵਰ ਲਿਆ? ਮੈਂ ਬਹੁਤ ਵਧੀਆ ਫੀਲ ਕਰ ਰਹੀ ਹਾਂ, ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਮੈਡਲ ਆਇਆ ਸਿਲਵਰ। ਮੁਕਾਬਲਾ ਕਿਹਦੇ ਨਾਲ ਸੀ? ਯੂਕਰੇਨ ਦੇ ਕਿਸਾਨ। ਯੂਕਰੇਨ ਕਿਹੜੇ ਕਿਹੜੇ ਦੇਸ਼ਾਂ ਨੇ ਉੱਥੇ ਭਾਗ ਲਿਆ, ਕਿੰਨੇ ਦੇਸ਼ ਆਏ ਬੇਟਾ? 26 ਤੁਸੀਂ 12ਵੀਂ ਕਲਾਸ 'ਚ ਪੜ੍ਹੋ, ਘਰ ਦੇ ਹਾਲਾਤ ਕਿਸ ਤਰ੍ਹਾਂ ਕੀ ਹੈ, ਤੋ ਤੁਸੀਂ ਇਸ ਥਾਂ ਤੱਕ ਪਹੁੰਚੇ ਹੋ, ਕਿਸ ਤਰ੍ਹਾਂ ਦੀ ਪੋਜੀਸ਼ਨ ਮੰਨ ਲਓ? ਪਾਪਾ ਕੀ ਕਰਦੇ ਹੈ? ਪਾਪਾ ਪ੍ਰਾਈਵੇਟ ਜੋਬ ਹੈ, ਪਾਪਾ ਜੀ ਅਤੇ ਮੰਮਾ ਟੀਚਰ ਨੇ। ਤੁਸੀਂ ਕਿੰਨੇ ਪ੍ਰੈਕਟਿਸ ਕਰਦੇ ਸੀ ਇੱਥੇ ਪ੍ਰੈਕਟਿਸ ਕਰਦੀ ਹੈ ਬੋਕਸਿੰਗ ਦੀ? ਹਾਂਜੀ, ਪਹਿਲਾਂ ਇੱਥੇ ਕਰਦੇ ਸੀ ਪਬਲਿਕ ਕਾਲਜ, ਤੋਂ ਬਾਅਦ ਸਾਇੰਸ ਰੋਹਤਕ 'ਚ ਕਰੀ। ਰੋਹਤਕ ਵੀ ਕਰੀ ਹੈ ਅਤੇ ਹੁਣ ਅੱਗੇ ਹੁਣ ਤੋਂ ਸਿਲਵਰ ਲਏ ਹੋ, ਅਗਲੀ ਵਾਰ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਕਿੱਥੇ ਤੱਕ ਤੁਹਾਡਾ ਟੀਚ ਹੈ? ਮੈਂ ਹੁਣ ਵਰਲਡ ਆਈ ਗਈ, ਹੁਣ ਵਰਲਡ ਯੂਥ ਹੋਈ, ਉਹ ਤੋਂ ਬਾਅਦ ਓਲੰਪਿਕ ਦਾ ਓਲੰਪਿਕ ਜਾਓਗੇ। ਤੁਹਾਡੇ ਵਾਰਡ ਤੋਂ ਇਹ ਯੋਗੀ ਮਾਂ ਨੇ ਜਿਹੜਾ
ਮੈਡਲ ਲਿਆ, ਕਿਆ ਮਹਿਸੂਸ ਕਰ ਰਹੇ? ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਸਾਡੇ ਸ਼ਹਿਰ ਸਮਾਣਾ ਦੀ ਇੱਕ ਲੜਕੀ ਜੋ ਵੀਮਾ ਕਲਿਆਣ ਜਿਹਨੇ ਕਿ ਇਹ ਸਿਲਵਰ ਮੈਡਲ ਯੂਕਰੇਨ ਨੂੰ ਹਰਾ ਕੇ ਜਿਹੜਾ ਇੱਥੇ ਹਾਸਿਲ ਕੀਤਾ, ਪੂਰੇ ਪੰਜਾਬ ਪੂਰੇ ਦੇਸ਼ ਨੂੰ ਮਾਣ ਹੈ ਇਸ ਦੇ ਉੱਤੇ ਵੀ ਇਸਨੇ ਜਿਹੜਾ ਇਹ ਮੈਡਲ ਹਾਸਿਲ। ਔਰ ਇਸ ਕਾਲਜ ਦੇ ਵਿੱਚ ਇਸਨੇ ਮੈਂ ਖੁਦ ਦੇਖਦਾ ਰਿਹਾ, ਸਵੇਰੇ ਸ਼ਾਮ ਪ੍ਰੈਕਟਿਸ ਕਰਦੀ ਸੀਗੀ ਤਾਂ ਸਾਨੂੰ ਬੜਾ ਗਰਵ ਮਹਿਸੂਸ ਹੁੰਦਾ ਸੀਗਾ। ਤਾਂ ਪਬਲਿਕ ਕਾਲਜ ਨੇ ਵੀ ਇਹਦੇ ਵਿੱਚ ਇਹਨਾਂ ਦਾ ਬਹੁਤ ਸਹਿਯੋਗ ਕੀਤਾ, ਪ੍ਰਿੰਸੀਪਲ ਦਾ ਵੀ, ਸਾਰੇ ਸਟਾਫ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਫਾਦਰ ਖੜੇ ਹੈ ਤੁਹਾਡੇ, ਕੀ ਨਾਮ? ਧਰਮਵੀਰ ਜੀ। ਤੁਹਾਡੀ ਬੱਚੀ ਨੇ ਮੁਕਾਮ ਹਾਸਲ ਕੀਤਾ, ਸਿਲਵਰ ਲੈ ਕੇ ਆਈ ਮੈਡਲ, ਕਿਸ ਤਰ੍ਹਾਂ ਮਹਿਸੂਸ ਕਰ ਰਹੇ? ਸਾਡੀ ਬੱਚੀ ਨੇ ਮਿਹਨਤ ਕੀਤੀ, ਰੰਗ ਤੱਕ ਪਹੁੰਚੀ ਹੈ ਜੀ। ਇਹਦੇ ਵਿੱਚ ਰਾਮ ਸਿੰਘ ਇਹਦਾ ਕੋਚ ਸੁਨੀਲ ਕੁਮਾਰ ਟਾਈਸਨ ਜੀ ਅਤੇ ਦਿੱਤਾ ਸਰ ਦਾ ਬਹੁਤ ਵੱਡਾ ਯੋਗਦਾਨ ਹੈ ਜੀ।